ਸ਼੍ਰੀਕਾਲ ਤੁਸੀਂ ਵੇਖ ਰਹੇ ਹੋ ਸਾਂਝਾ ਟੀਵੀ ਮੈਂ ਹਾਂ ਤੁਹਾਡੇ ਨਾਲ ਪ੍ਰਵਾਨੀ ਅਨੇਜਾ ਤੇ ਫਟਾਫਟ ਖਬਰਾਂ ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਨੈਸ਼ਨਲ ਖਬਰਾਂ ਦੀ ਕੈਨੇਡਾ ਅਮਰੀਕਾ ਸਰਹੱਦ ਉੱਤੇ ਕਿਊਬੈਕ ਦੇ ਨੇੜੇ ਸ਼ਰਨਾਰਥੀਆਂ ਦੇ ਮੁੱਦੇ ਨੂੰ ਲੈ ਕੇ ਪ੍ਰਦਰਸ਼ਨ ਹੋਏ ਇਸ ਦੌਰਾਨ ਇੱਕ ਜਥੇਬੰਦੀ ਜਿੱਥੇ ਸ਼ਰਨਾਰਥੀਆਂ ਦੇ ਹੱਕ ਵਿੱਚ ਪ੍ਰਦਰਸ਼ਨ ਕਰ ਰਹੀ ਸੀ ਤਾਂ ਦੂਜੀ ਜਥੇਬੰਦੀ ਨੇ ਸ਼ਰਨਾਰਥੀਆਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਕਿਊਬੈਕ ਸੈਂਟ ਬਰਨਾਡੋ ਡੀ ਲਾਕੋਲੇ ਕੈਨੇਡਾ ਅਮਰੀਕਾ ਸਰਹੱਦ ਦੇ ਬੀਤੇ 2 ਮਹੀਨਿਆਂ ਦੌਰਾਨ ਹਜ਼ਾਰਾਂ ਲੋਕਾਂ ਨੇ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕੀਤੀ ਹੈ ਸੈਲੀਡੈਰਿਟੀ ਵਿਦ ਦਾ ਊਟ ਬਾਰਡਰ ਦੇ ਮੈਂਬਰਾਂ ਨੇ ਕਿਊਬੈਕ ਨਿਊਯਾਰਕ ਦੇ ਸੈਂਟ ਬਰਨਾਰਡ ਦੀ ਲਾਕੋਲੋ ਬਾਰਡਰ ਉੱਤੇ ਸ਼ਰਨਾਰਥੀਆਂ ਦੇ ਸਵਾਗਤ ਲਈ ਇਕੱਠ ਕੀਤਾ ਜਦਕਿ ਦੂਜੇ ਸਮੂਹ ਸਟਾਟਮ ਅਲਾਇੰਸ ਨੇ ਸ਼ਰਨਾਰਥੀਆਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਇਸ ਦੌਰਾਨ ਕਈ ਪ੍ਰਦਰਸ਼ਨਕਾਰੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨਾਲ ਵੀ ਭਿੜੇ ਜੋ ਕਿ ਉਹਨਾਂ ਨੂੰ ਸਰਹੱਦ ਵੱਲ ਅੱਗੇ ਵਧਣ ਤੋਂ ਰੋਕ ਰਹੀ ਸੀ ਸੈਲੀਡੈਰਿਟੀ ਵਿਦਆਊਟ ਬਾਰਡਰ ਦੇ ਮੈਂਬਰਾਂ ਨੇ ਸਰਹੱਦਾਂ ਖੋਲ੍ਹਣ ਦਾ ਸੱਦਾ ਦਿੰਦਿਆਂ ਕਿਹਾ ਕਿ ਪਨਾਹ ਮੰਗਣ ਵਾਲਿਆਂ ਨੂੰ ਗੈਰ ਕਾਨੂੰਨੀ ਇਮੀਗ੍ਰੇਸ਼ਨ ਵਜੋਂ ਪੇਸ਼ ਕਰਕੇ ਇਸਦਾ ਵਿਰੋਧ ਕਰਨ ਵਾਲੇ ਸੱਜੇ ਪੱਖੀ ਸਮੂਹ ਸਟਾਟਮ ਅਲਾਇੰਸ ਦੀਆਂ ਨੀਤੀਆਂ ਉੱਤੇ ਪਾਬੰਦੀ ਲਾਈ ਜਾਵੇ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਕਿਹਾ ਕਿ ਬੀਤੇ ਜਨਵਰੀ ਅਤੇ ਅਪ੍ਰੈਲ ਦੌਰਾਨ ਲਾਕੋਲੇ ਦੇ ਕੁਝ ਕਿਲੋਮੀਟਰ ਦੂਰ ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਨ ਵਜੋਂ ਪ੍ਰਸਿੱਧ ਇਸ ਲਾਂਘੇ ਨੂੰ ਪਾਰ ਕਰਕੇ 7,300 ਲੋਕਾਂ ਨੇ ਕੈਨੇਡਾ ਕੋਲੋਂ ਪਨਾਹ ਦੀ ਮੰਗ ਕੀਤੀ ਹੈ ਕਿਊਬਕ ਵਿੱਚ ਸੈਂਟ ਬਰਨਾਡੋ ਡੀ ਲਾਕੋਲੇ ਕੈਨੇਡਾ ਅਮਰੀਕਾ ਸਰਹੱਦ ਉੱਤੇ ਹੋਏ ਪ੍ਰਦਰਸ਼ਨ ਦੌਰਾਨ ਸਟਾਟਮ ਅਲਾਇੰਸ ਦੇ ਮੈਂਬਰਾਂ ਨੇ ਸ਼ਰਨਾਰਥੀਆਂ ਦੇ ਮੁੱਦੇ ਨੂੰ ਲੈ ਕੇ ਫੈਡਰਲ ਸਰਕਾਰ ਦੀ ਆਲੋਚਨਾ ਕੀਤੀ ਕੈਨੇਡਾ ਦੇ ਉੱਤਰ ਪੱਛਮੀ ਕੈਲਗਰੀ ਸ਼ਹਿਰ ਵਿੱਚ ਸ਼ਨੀਵਾਰ ਸਵੇਰੇ ਭਿਆਨਕ ਅੱਗ ਲੱਗ ਗਈ ਜਿਸ ਕਾਰਨ 3 ਘਰ ਸੜ ਕੇ ਸਵਾਹ ਹੋ ਗਏ ਫਾਇਰ ਬ੍ਰਿਗੇਡ ਨੂੰ ਕੰਟਰੀ ਹਿਲਸ ਡਰਾਈਵ ਵਿੱਚ ਅੱਗ ਲੱਗਣ ਦੀ ਸੂਚਨਾ ਸਵੇਰੇ 9:30 ਵਜੇ ਮਿਲੀ ਜਦੋਂ ਫਾਇਰ ਫਾਈਟਰਸ ਘਟਨਾ ਵਾਲੇ ਸਥਾਨ ਤੇ ਪੁੱਜੇ ਤਾਂ ਇੱਕ ਘਰ ਨੂੰ ਅੱਗ ਨੇ ਪੂਰੀ ਤਰ੍ਹਾਂ ਆਪਣੀ ਲਪੇਟ ਵਿੱਚ ਲੈ ਲਿਆ ਸੀ ਉਹਨਾਂ ਨੇ ਅੱਗ ਨੂੰ ਅੱਗੇ ਵਧਣ ਤੋਂ ਰੋਕਣ ਦੀ ਲੰਬੇ ਸਮੇਂ ਤੱਕ ਕੋਸ਼ਿਸ਼ ਕੀਤੀ ਪਰ ਇਸ ਦੌਰਾਨ ਅੱਗ ਸੜਕ ਦੇ ਦੂਸਰੇ ਪਾਸੇ ਦੇ 2 ਘਰਾਂ ਤੱਕ ਪੁੱਜ ਗਈ ਅੱਗ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇੱਕ ਔਰਤ ਨੂੰ ਸਾਹ ਲੈਣ 'ਚ ਪਰੇਸ਼ਾਨੀ ਆਉਣ ਕਾਰਨ ਉਸਨੂੰ ਹਸਪਤਾਲ ਲਿਜਾਇਆ ਗਿਆ ਜਾਣਕਾਰੀ ਮੁਤਾਬਕ ਉਹ ਹੋਰਾਂ ਦੀ ਮਦਦ ਕਰ ਰਹੀ ਸੀ ਅਤੇ ਇਸ ਦੌਰਾਨ ਮਾਮੂਲੀ ਰੂਪ ਵਿੱਚ ਜ਼ਖਮੀ ਵੀ ਹੋ ਗਈ ਸਟੇਵਾਟ ਕਲੀਮਵੋਚਿਚ ਨਾਂ ਦਾ ਇੱਕ ਵਿਅਕਤੀ ਨੇ ਦੱਸਿਆ ਕਿ ਉਹ ਇੱਥੇ ਕਿਰਾਏ ਦੇ ਘਰ ਵਿੱਚ ਰਹਿੰਦਾ ਸੀ ਅਤੇ ਅੱਗ ਕਾਰਨ ਉਸਦਾ ਘਰ ਸੜ ਗਿਆ ਉਸਨੇ ਕਿਹਾ ਕਿ ਉਸ ਸਮੇਂ ਸਿਰ ਘਰੋਂ ਬਾਹਰ ਨਿਕਲ ਆਇਆ ਅਤੇ ਉਸਦੀ ਜ਼ਿੰਦਗੀ ਬਚ ਗਈ ਅਧਿਕਾਰੀਆਂ ਵੱਲੋਂ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਸੀਐਫਡੀ ਬਟਾਲੀਅਨ ਮੁਖੀ ਬਰੂਸ ਬਾਰਸ ਨੇ ਅੱਗ ਬੁਝਾਉਣ ਵਾਲੇ ਅਧਿਕਾਰੀਆਂ ਵੱਲੋਂ ਕੀਤੀ ਗਈ ਫੌਰੀ ਕਾਰਵਾਈ ਦੀ ਸ਼ਲਾਘਾ ਕੀਤੀ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪੁੱਜ ਗਈਆਂ ਸਨ ਅਤੇ ਇਸ ਮਗਰੋਂ ਹੋਰ 6-7 ਗੱਡੀਆਂ ਸੱਦ ਲਈਆਂ ਗਈਆਂ ਸਨ ਫਿਲਹਾਲ ਪੀੜਤ ਪਰਿਵਾਰਾਂ ਨੂੰ ਲੋਕਾਂ ਵੱਲੋਂ ਮਦਦ ਦਿੱਤੀ ਜਾ ਰਹੀ ਹੈ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਗ੍ਰੈਂਡ ਫੋਕਸ ਸ਼ਹਿਰ ਵਿੱਚ ਆਏ ਹੜ੍ਹ ਕਾਰਨ ਕਈ ਲੋਕ ਪ੍ਰਭਾਵਿਤ ਹੋਏ ਹਨ ਇਸ ਇਲਾਕੇ ਵਿੱਚ ਰਹਿ ਰਹੇ 100 ਤੋਂ ਵਧੇਰੇ ਲੋਕਾਂ ਨੂੰ ਆਪਣੇ ਘਰਾਂ ਨੂੰ ਖਾਲੀ ਕਰਨ ਦੀ ਚੇਤਾਵਨੀ ਦੇ ਦਿੱਤੀ ਗਈ ਹੈ ਅਤੇ ਕਈਆਂ ਨੇ ਘਰ ਖਾਲੀ ਕਰ ਦਿੱਤੇ ਨੇ ਅਧਿਕਾਰੀਆਂ ਨੇ ਕਿਹਾ ਕਿ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਹੋਈ ਲਗਾਤਾਰ ਬਾਰਿਸ਼ ਕਾਰਨ ਬਾਉਂਡਰੀ ਖੇਤਰ ਵਿੱਚ ਪਾਣੀ ਖੜ੍ਹਾ ਹੋ ਗਿਆ ਜੋ ਲੋਕਾਂ ਦੇ ਘਰਾਂ ਅੰਦਰ ਜਾ ਰਿਹਾ ਲੋਕ ਆਪਣੇ ਜ਼ਰੂਰਤ ਦੇ ਸਮਾਨ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ 'ਤੇ ਜਾ ਰਹੇ ਹਨ ਬਚਾਅ ਦਲ ਨੇ ਦੱਸਿਆ ਕਿ ਹਾਲਾਂਕਿ ਅਜੇ ਹੜ੍ਹ ਨੇ ਭਿਆਨਕ ਰੂਪ ਨਹੀਂ ਤਾਰਿਆ ਪਰ ਸੁਰੱਖਿਆ ਕਾਰਨਾਂ ਕਰਕੇ ਘਰਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਬਚਾਅ ਦਲ ਦੇ ਅਧਿਕਾਰੀਆਂ ਨੇ ਕਿਹਾ ਕਿ ਘੱਟ ਤਾਪਮਾਨ ਅਤੇ ਹਲਕੀ ਬਾਰਿਸ਼ ਕਾਰਨ ਬਚਾ ਰਿਹਾ ਨਹੀਂ ਤਾਂ ਸਥਿਤੀ ਬਹੁਤ ਖਰਾਬ ਹੋ ਸਕਦੀ ਸੀ ਐਮਰਜੈਂਸੀ ਆਪਰੇਸ਼ਨ ਸੈਂਟਰ ਦੇ ਕੋਆਰਡੀਨੇਟਰ ਕ੍ਰਿਸ ਮੌਸ਼ ਨੇ ਕਿਹਾ ਕਿ ਉਹ ਕੁਇਟੇਨੀ ਬਾਉਂਡਰੀ ਇਲਾਕੇ ਵਿੱਚ ਬਚਾਅ ਕਾਰਜ ਚਲਾ ਰਹੇ ਹਨ ਅਤੇ ਆਸ ਕਰਦੇ ਹਨ ਕਿ ਜਲਦੀ ਪਾਣੀ ਨੂੰ ਹਟਾਇਆ ਜਾ ਸਕੇ ਉਹਨਾਂ ਕਿਹਾ ਕਿ ਇਸ ਸਮੇਂ ਲੋਕਾਂ ਦਾ ਘਰਾਂ 'ਚ ਵਾਪਸ ਜਾਣਾ ਬਹੁਤ ਮੁਸ਼ਕਲ ਹੈ ਲੋਕਾਂ ਦੇ ਜ਼ਰੂਰਤ ਦੇ ਸਮਾਨ ਘਰਾਂ 'ਚ ਹੋਣ ਕਾਰਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕੈਨੇਡਾ ਦੇ ਸੂਬੇ ਓਨਟਾਰੀਓ ਵਿੱਚ ਸ਼ਨੀਵਾਰ ਰਾਤ ਨੂੰ ਇੱਕ ਸੜਕ ਹਾਦਸੇ ਦੌਰਾਨ 5 ਲੋਕ ਜ਼ਖਮੀ ਹੋ ਗਏ ਜਿਨ੍ਹਾਂ 'ਚੋਂ ਇੱਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਟੋਰਾਂਟੋ ਪੁਲਿਸ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਉਹਨਾਂ ਦੱਸਿਆ ਕਿ ਸ਼ਨੀਵਾਰ ਰਾਤ ਨੂੰ ਗੱਡੀ ਵਿੱਚ ਬੈਠੇ 5 ਲੋਕਾਂ ਦੀ ਗੱਡੀ ਹਾਦਸੇ ਦੀ ਸ਼ਿਕਾਰ ਹੋ ਗਈ ਹੈ ਗੱਡੀ ਇੱਕ ਦਰਖਤ ਨਾਲ ਜਾ ਟਕਰਾਈ ਇਸ ਦੌਰਾਨ ਜ਼ਖਮੀ ਹੋਏ 5 ਵਿਅਕਤੀਆਂ 'ਚੋਂ ਇੱਕ ਵਿਅਕਤੀ ਦੀ ਹਾਲਤ ਗੰਭੀਰ ਹੈ ਬਾਕੀ 3 ਵਿਅਕਤੀਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਪੁਲਿਸ ਨੇ ਅਜੇ ਤੱਕ ਕਿਸੇ ਦਾ ਨਾਂ ਜਨਤਕ ਨਹੀਂ ਕੀਤਾ ਉਹਨਾਂ ਦੱਸਿਆ ਕਿ ਜਦ ਉਹ ਘਟਨਾ ਵਾਲੀ ਥਾਂ 'ਤੇ ਪੁੱਜੇ ਤਾਂ 5 ਵਿਅਕਤੀ ਜ਼ਖਮੀ ਹਾਲਤ 'ਚ ਚੀਕ ਰਹੇ ਸਨ ਉਹਨਾਂ ਨੂੰ ਗੱਡੀ 'ਚੋਂ ਬਾਹਰ ਕੱਢ ਕੇ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਕੈਨੇਡਾ ਦੇ ਓਨਟਾਰੀਓ ਵਿੱਚ ਰਹਿਣ ਵਾਲੀ 15 ਸਾਲਾ ਕੁੜੀ ਸ਼ਾਹੀ ਵਿਆਹ ਸ਼ਾਮਲ ਹੋਈ ਅਤੇ ਉਸਨੇ ਦੱਸਿਆ ਕਿ ਉਸਨੂੰ ਇਹ ਸਭ ਇੱਕ ਸੁਪਨੇ ਵਾਂਗ ਲੱਗ ਰਿਹਾ ਸੀ ਫੈਥ ਡਿਕਿਨਸਨ ਨੇ ਦੱਸਿਆ ਕਿ ਓਨਟਾਰੀਓ ਵਿੱਚ ਰਹਿੰਦੀ ਆ ਅਤੇ ਇੱਕ ਅਜਿਹੀ ਸੰਸਥਾ ਨਾਲ ਜੁੜੀ ਹੈ ਜੋ ਕੈਂਸਰ ਰੋਗੀਆਂ ਜ਼ਖਮੀਆਂ ਅਤੇ ਦਿਮਾਗੀ ਰੂਪ ਤੋਂ ਬਿਮਾਰ ਲੋਕਾਂ ਲਈ ਕੰਬਲ ਬਣਾਉਂਦੀ ਆ ਉਸਨੇ ਪਿਛਲੇ ਸਾਲ ਪ੍ਰਿੰਸ ਹੈਰੀ ਅਤੇ ਪ੍ਰਿੰਸ ਵਿਲੀਅਮ ਵੱਲੋਂ ਲੰਡਨ ਵਿੱਚ ਡਾਇਨਾ ਲੀਜੈਂਸੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਉਸਨੇ ਦੱਸਿਆ ਕਿ ਇਸ ਸੰਸਥਾ ਦਾ ਨਾਂ ਪ੍ਰਿੰਸ ਹੈਰੀ ਅਤੇ ਪ੍ਰਿੰਸ ਵਿਲੀਅਮ ਦੀ ਮਾਂ ਡਾਇਨਾ ਪ੍ਰਿੰਸਮ ਆਫ ਵੈਲਜ਼ ਦੇ ਨਾਂ ਤੋਂ ਰੱਖਿਆ ਗਿਆ ਉਸਨੇ ਦੱਸਿਆ ਕਿ ਵਿਆਹ ਦੀ ਹਰ ਰਸਮ ਬਹੁਤ ਵਧੀਆ ਸੀ ਉਸਨੂੰ ਸਭ ਤੋਂ ਵਧੀਆ ਦ੍ਰਿਸ਼ ਉਹ ਲੱਗਾ ਜਦੋਂ ਮੇਗਨ ਲਾੜੀ ਦੇ ਰੂਪ ਵਿੱਚ ਦਾਖਲ ਹੋਈ ਹਰ ਇੱਕ ਦੀਆਂ ਨਜ਼ਰਾਂ ਉਸ 'ਤੇ ਸਨ ਉਸਨੇ ਕਿਹਾ ਕਿ ਇਹ ਦਿਨ ਉਸਦੀ ਜ਼ਿੰਦਗੀ ਵਿੱਚ ਯਾਦਗਾਰ ਬਣ ਗਿਆ ਹੁਣ ਰੁਕਰਦੇ ਇੰਟਰਨੈਸ਼ਨਲ ਖਬਰਾਂ ਵੱਲ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2016 ਦੀ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਰੂਸੀ ਦਖਲਅੰਦਾਜ਼ੀ ਦੇ ਦੋਸ਼ਾਂ ਦੀ ਰਾਬਰਟ ਮੂਲਰ ਵੱਲੋਂ ਜਾਂਚ ਨੂੰ ਪਰੇਸ਼ਾਨ ਤੱਕਣ ਵਾਲਾ ਦੁਨੀਆ ਦਾ ਸਭ ਤੋਂ ਮਹਿੰਗਾ ਅਭਿਆਨ ਕਰਾਰ ਦਿੱਤਾ ਟਰੰਪ ਨੇ ਕਿਹਾ ਕਿ ਮੂਲਰ ਨੂੰ ਆਪਣੀ ਜਾਂਚ ਵਿੱਚ ਮਿਲੀ ਭਗਤ ਜਾਂ ਨੀਆਂ ਵਿੱਚ
लैटिन अमरीकी देश वेनजुएला के मौजूदा राष्ट्रपति निकोलस मादुरो ने एक बार फिर तो राष्ट्रपति चोण जित ली है। मादुरो की जित में चुनावी बोर्ड ने कहा है कि उन्होंने दोवां मुख विरोधियों ने चोणों में भारी अनियमितता का दोष लगाते हुए इस गैर कानूनी करार दिता है। अमरीकी राष्ट्रपति डोनाल्ड ट्रंप के वकील रूडी गिलियानी का कहना है कि साल 2016 में हुई राष्ट्रपति चोण में रूसी दखलअंदाजी संबंधी जांच 1 सितंबर तक खत्म हो जाएगी। चीन और अमरीका के एक व्यापारक समझौते ने संभावी व्यापारक जंग को टाल दिता लगता है। समझौते अधीन चीन अमरीका तो 2000 बिलियन डॉलर वस्तुओं और सेवाओं की खरीद करेगा। इस खरीद नाल दोहां मुल्कां विच व्यापारक तालमेल सुधरेगा। अमरीका के खजाना मंत्री स्टीवन मनुषिन ने भावें आंकड़े जारी नहीं किए पर उन्होंने कहा कि जे चीन ने समझौता निभाया तो अमरीका वालों 150 बिलियन डॉलर की पाबंदी चीन से लाई जा। पंजाब के एक व्यक्ति को गलत तरीके नाल अमरीका में रहना भारी पै गया। ट्रंप वालों हाल ही में की जा रही सख्ती का असर हुण दिसण लगा है। कपूरथला जिले का रहने वाला व्यक्ति 11 देशों को लांघ के गैर कानूनी तरीके नाल अमरीका गया से जिसनों हुण अमरीका ने डिपोर्ट करके भारत भेज दिता। सिखां प्रति बेहतर समझ बनाउण ते होरां कानून व्यवस्था का हिस्सा बनने लई उत्साहित करन दे मकसद नाल न्यूयॉर्क पुलिस विभाग ने पहली दस्तारधारी महिला सिख सहायक पुलिस अफसर विभाग में शामिल किया। न्यूयॉर्क सिटी पुलिस अकैडमी तो पिछले हफ्ते ग्रैजुएशन करन मगरों गुरसोच कौर जल्द न्यूयॉर्क पुलिस विभाग में सहायक पुलिस अफसर वजों हिस्सा बन गई है। अमरीका के टैक्सास में सांटा हे हाई स्कूल में गोलीबारी दौरान एक पाकिस्तानी कुड़ी साबिका अजीज शेख की मौत हो गई है। उसके परिवार ने कहा कि वह इस समय डूंगे सदमे में हैं। उन्होंने धी लखा सुपने अखा में सजा के अमरीका गई थी। अमरीका के विदेश मंत्री माइक पोंपियो ने साबिका शेख की मौत से अफसोस जाहिर किया। उन्होंने कहा कि इस दर्दनाक घटना में पाकिस्तान की साबिका शेख नाँ की विद्यार्थन की मौत हो गई। पोंपियो ने कहा कि साबिका विदेश मंत्रालय वालों आयोजित यूथ एक्सचेंज एंड स्टडी प्रोग्राम तहत अमरीका आई थी। अमरीकी अदाकारा मेगन मार्कल ब्रिटेन के राजकुमार हैरी नाल विआह के बंधन में बच गई पर उसने अपने विआह के वचनों में अपने पति का कहना मनने का वादा नहीं किया। कैनेडा अमरीका सरहद उत्ते क्यूबक के नेड़े शरणार्थियों के मुद्दे को लेकर प्रदर्शन हुए। इस दौरान एक जथेबंदी जिथे शरणार्थियों के हक में प्रदर्शन कर रही थी तो दूजे जथेबंदी शरणार्थियों के विरोध प्रदर्शन करना पड़ा। प्रधानमंत्री नरेंद्र मोदी रूस लिए रवाना हुए। रूस के राष्ट्रपति व्लादिमीर पुतिन के सदे से पीएम मोदी रूस के सोची शहर में एक इनफॉर्मल बैठक में शामिल हो रहे। अजिही पहली बार होगा जदों दोवां देशों के नेता बिना किसी एजेंडे के मुलाकात करेंगे। हर साल यूपीएससी जरिए चुने जा रहे आईएएस ते होर सेवावां दे हज़ारों उम्मीदवारां लई वड्डा बदलाव किया जा रहा है। पीएसओ ने सुझाव दिता कि सिर्फ यूपीएससी इम्तिहान ही नहीं बल्कि 3 महीने के फाउंडेशन कोर्स तो बाद ही उम्मीदवारों के कैडर ते सेवा खेत्र तय किए जा। केंद्रीय गृहमंत्री राजनाथ सिंह ने छत्तीसगढ़ के दंतेवाड़ा में बारूदी सुरंग विस्फोट में 6 पुलिस कर्मचारियों की मौत से दुख प्रकट किया। दंतेवाड़ा जिले में एतवार को नक्सलियों वालों किए गए बारूदी सुरंग विस्फोट में 6 जवान शहीद हो गए सन। राजनाथ सिंह ने इस घटना से दुख प्रकट करते हुए ट्वीट किया कि दंतेवाड़ा में 6 पुलिस कर्मचारियों के एक विस्फोट के मारे जाने की घटना बहुत दुख भरी है। दुख की कड़ी असी सब दुखी परिवारक मैंबरों के नाल हाँ। शहीदों के परिवारक मैंबरों के प्रति मेरी डूंगी हमदर्दी है। कर्नाटक के नवे मुख्यमंत्री बनने जा रहे कुमार स्वामी मंत्रिमंडल के गठन को लेकर कांग्रेस प्रधान राहुल गांधी और सोनिया गांधी नाल मुलाकात की। जेडीएस नेता एचडी कुमार स्वामी ने भावें कर्नाटक के मुख्यमंत्री वजों अहुदा ना संभाल संभालिया हो पर उन्होंने तमिलनाडु और कर्नाटक दरमियान कावेरी जल के मुद्दे से अपनी राय दी है। उन्होंने दक्षण के सुपरस्टार तमिलनाडु के नेता रजनीकांत सूबे आने लिए सदा दिता कहा कि उस स्थिति पर विचार करें। कुमार स्वामी का मनना है कि जेकर रजनीकांत सूबे का दौरा करते हैं तो उस स्थिति को देख के अंदाजा लगा सकते हैं कि कर्नाटक सरकार को तमिलनाडु के लिए कावेरी नदी का कितना पानी छड़ना चाहिए। देश में पेट्रोल डीजल दी कीमत आसमान छू रही हैं। पेट्रोल डीजल दी कीमतों में वाधे के सारे रिकॉर्ड टुट चुके हैं। मनमोहन सरकार में पेट्रोल की सब तो वध कीमत 76.6 रुपए से यह रिकॉर्ड मोदी सरकार में भी टुट गया। हुण रुकदे हां पंजाब दीआं खबरां वल। आम आदमी पार्टी नूं इक होर झटका लगा। पार्टी नेता सीडी कंबोज ते हरकृष्ण वालिया अकाली दल विच शामिल हो गए हैं। हरकृष्ण वालिया कैंट विधानसभा हलका तो चोणां लड़ रहे सन। अकाली दल दे प्रधान सुखबीर बादल ने उन्हां दा पार्टी विच स्वागत किया। कंबोज शाहकोट तो दो बार कांग्रेस की टिकट से चोण लड़ चुके हैं। कंबोज ने साल 2017 में आम आदमी पार्टी ज्वाइन कर ली सी। इस तो पहला शाहकोट तो चोण लड़न वाला डॉक्टर अमरजीत थिंद नूं भी सुखबीर बादल अकाली दल विच शामिल करवा चुके हैं। बिजली के बिल का भुगतान न होने करके एलीमेंटरी स्कूल कथू नंगल का बिजली कनैक्शन बिजली विभाग ने कट दिता है। इसके चलते स्कूल के विद्यार्थियों और स्टाफ को मुश्किल का सामना करना पै रहा है। खेमकरण तो सीनियर कांग्रेसी आगू और पिंड दाऊदपुर सरपंची के दावेदार प्रधान गुरविंदर सिंह सोडी ने कहा कि जिवें कर्नाटक में कांग्रेस की सरकार बनी है लोकतंत्र की जित हुई है। श्रोमणी गुरुद्वारा प्रबंधक कमेटी के सबका प्रधान प्रोफेसर किरपाल सिंह बनूकर ने कहा कि सचखंड श्री हरिमंदर साहब समेत देश भर के धार्मिक अस्थानों चलते लंगर से जीएसटी टैक्स वसूलन लैके केंद्र को अपनी जिद छड़ते हुए लंगर जीएसटी तो मुक्त करना चाहिए।
उन्हें कहा कि लंगर तो GST हटाने को लेकर देश के साबका राष्ट्रपति प्रणब मुखर्जी को मिलया गया। केंद्र सरकार तक चिट्ठी पत्रां राही पहुंच की गई पर कदे भी GST कौंसल की बैठक में लंगर को टैक्स मुक्त किए जाने को लेकर नज़रसानी नहीं की, जबकि यह मामला संगतां अते श्रद्धालुओं दीआं भावनावां नाल जुड़िया होया। बीजेपी के जनरल सकत्तर राम माधव ने वाशिंगटन में अपने दौरे दौरान कहा कि बीजेपी की अगवाई वाली NDA सरकार ने 1984 के सिख कतलेआम के हरेक पीड़ित परिवार को नियां दवाउण लई कदम चुके हैं, इसलिए वो अगे भी हर संभव यतन करनगे। वाशिंगटन DC के मैरीलैंड सब अर्थ विच विसाखी समागम को संबोधन कर रहे सन। उन्होंने यह भी कहा कि सरकार ने 1984 सिख कतलेआम के दोषियों हर हालत में सज़ा दवाउण का भी फैसला किया। साबका केंद्रीय मंत्री यशवंत सिन्हा ते भारतीय जनता पार्टी नाल नाराज चल रहे बॉलीवुड अभिनेता अते संसद मैंबर शत्रुघ्न सिन्हा एतवार को चंडीगढ़ पहुंचे। इस दौरान पत्रकारों नाल गलबात करते हुए साबका केंद्रीय मंत्री यशवंत सिन्हा ने कहा कि भाजपा हुण बदली बदली नजर आ रही है। श्री गुरु अर्जन देव जी प्रति गलत टिप्पणी करने वाले अखौती साध नारायण दास ने जथेदार श्री अकाल तख्त साहिब नूं ईमेल राही भेजी गए एक पत्र में अपनी गलती नूं मंनदिआं खालसा पंथ तों भुल बख्शाउण लई माफ़ी मंगी है। इस नाल ही फटाफट खबरां फिलहाल एनआई देश विदेश की ताज़ा तरीन खबरों के लिए तुसी बने रहो साझा TV के नाल। मैं इजाजत, सत श्री अकाल।